ਨਹੀਂ ਪ੍ਰਾਪਤ ਨਹੀਂ ਕਰਨਾ। ਪਰ ਦੁਖਾਂਤ ਇਹ ਹੈ ਕਿ ਅੱਜ ਬਾਬਾ ਰਵਿਦਾਸ ਜੀ ਦੀ ਬਾਣੀ ਨੂੰ ਵੱਖਰਾ ਕੀਤਾ ਜਾ ਰਿਹਾ, ਬਾਬਾ ਕਬੀਰ ਜੀ ਦੀ ਬਾਣੀ ਨੂੰ ਵੱਖਰਾ ਕੀਤਾ ਜਾ ਰਿਹਾ, ਬਾਬਾ ਨਾਮਦੇਵ ਜੀ ਦੀ ਬਾਣੀ ਨੂੰ ਵੱਖਰਾ ਕੀਤਾ ਜਾ ਰਿਹਾ। ਪਰ ਪਿਆਰਿਓ ਮੈਂ ਇਹ ਕਹਾਂਗਾ, ਅਸਲ ਵਿੱਚ ਇਹ ਬਾਬਾ ਰਵਿਦਾਸ ਜੀ ਦੇ ਵਾਰਸ ਨਹੀਂ, ਬਾਬਾ ਰਵਿਦਾਸ ਜੀ ਦੇ ਕਾਤਲ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ। ਜੇ ਕਿਤੇ ਬਾਬਾ ਰਵਿਦਾਸ ਦੀ ਬਾਣੀ ਨਾ ਆਪਣੇ ਕੋਲ ਲੈ ਕੇ ਆਉਂਦੇ, ਬਾਬਾ ਕਬੀਰ ਜੀ ਦੀ ਬਾਣੀ ਆਪਣੇ ਕੋਲ ਨਾ ਲੈ ਕੇ ਆਉਂਦੇ, ਬਾਬਾ ਨਾਮਦੇਵ ਜੀ ਦੀ ਬਾਣੀ ਆਪਣੇ ਕੋਲ ਨਾ ਲੈ ਕੇ ਆਉਂਦੇ, ਸ਼ਾਇਦ ਅੱਜ ਸਾਨੂੰ ਕੋਈ ਪਤਾ ਨਹੀਂ ਸੀ ਲੱਗਣਾ। ਜੇ ਬਾਬਾ ਰਵਿਦਾਸ ਜੀ ਦੀ ਬਾਰੇ ਅਸੀਂ ਜਾਣਦੇ ਹਾਂ, ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਕਰਕੇ ਜਾਣਦੇ ਹਾਂ। ਮੈਂ ਬੇਨਤੀ ਕਰਾਂ ਪਿਆਰਿਓ, ਸਾਡੇ ਮਨ 'ਚ ਭੁਲੇਖਾ ਹੈ, ਸ਼ਾਇਦ ਗੁਰੂ ਦੀ ਬਾਣੀ ਨੂੰ ਵੱਖਰਾ ਕਰਨ ਵਾਲੇ ਸ਼ਾਇਦ ਕਿਤੇ ਇਹ ਬਾਬਾ ਰਵਿਦਾਸ ਜੀ ਨੂੰ ਅੱਗੇ ਲੈ ਕੇ ਜਾਣਗੇ। ਪਰ ਪਿਆਰਿਓ, ਇਹਨਾਂ ਨੇ ਜਿਹੜੀ ਗੱਲ ਦਾ ਬਾਬਾ ਰਵਿਦਾਸ ਜੀ ਵਿਰੋਧ ਕਰਦੇ ਰਹੇ, ਮੂਰਤੀ ਪੂਜਾ ਦਾ ਖੰਡਨ ਕੀਤਾ, ਝੂਠੀਆਂ ਆਰਤੀਆਂ ਦਾ ਖੰਡਨ ਕੀਤਾ, ਦੇਵ ਪੂਜਾ ਦਾ ਖੰਡਨ ਕੀਤਾ, ਚੇਤਾ ਰੱਖਿਓ, ਅੱਜ ਉਹਨਾਂ ਧੜਿਆਂ ਨੇ ਹੀ ਬਾਬਾ ਰਵਿਦਾਸ ਜੀ ਨੂੰ ਵਰਤ ਕੇ ਆਪਣੀ ਪੂਜਾ ਕਰਾਉਣੀ ਆਰੰਭ ਕਰ ਦਿੱਤੀ। ਸ਼ਾਇਦ ਤੁਸੀਂ ਵੇਖਿਆ ਹੋਵੇਗਾ, ਬਾਬਾ ਰਵਿਦਾਸ ਜੀ ਸਾਰੀ ਉਮਰ ਇਹ ਸ਼ਬਦ ਬੋਲਦੇ ਰਹੇ, ਨਾਮ ਤੇਰੋ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ, ਸਾਰੀ ਉਮਰ ਗਾਉਂਦੇ ਰਹੇ। ਬਾਬਾ ਰਵਿਦਾਸ ਜੀ ਇਹ ਬੋਲ ਬੋਲਦੇ ਰਹੇ ਕਿ ਮੇਰਾ ਦੇਵਤਾ ਤਾਂ ਇੱਕ ਹੈ, ਮੈਂ ਮੂਰਤੀ ਪੂਜਾ ਦਾ ਖੰਡਨ ਕਰਦਾ। ਪਰ ਦੁੱਖ ਉਦੋਂ ਹੋਇਆ ਜਦੋਂ ਬਾਬਾ ਰਵਿਦਾਸ ਜੀ ਦੀਆਂ ਮੂਰਤੀਆਂ ਬਣਾ ਕੇ ਹੀ ਕੁਝ ਵਿਚਾਰੀਵਾਦੀ ਸੋਚ ਨੇ ਪਿਆਰਿਓ ਉਹਨਾਂ ਦੇ ਗਲਾਂ ਵਿੱਚ ਹਾਰ, ਉਹਨਾਂ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ ਮੂਰਤੀ ਦੀ ਪੂਜਾ, ਤੇ ਮੈਂ ਸੋਚ ਰਿਹਾ ਹਾਂ ਕਿ ਬਾਬਾ ਰਵਿਦਾਸ ਜੀ ਅਸਲ ਵਿੱਚ ਤੇਰੀ ਵਿਚਾਰਧਾਰਾ ਦਾ ਖੰਡਨ ਹੈ, ਤੇਰੀ ਵਿਚਾਰਧਾਰਾ ਦਾ ਕਾਤਲ ਹੈ। ਇਹ ਲੋਕਾਂ ਨੂੰ ਪਿਆਰਿਓ ਬਾਬਾ ਰਵਿਦਾਸ ਦੇ ਵਾਰਸ ਨਾ ਮੰਨਿਓ।